ਸਾਡੇ ਐਸ ਐਚ ਓ ਜਿਹੜੇ ਸੀ ਉਹ ਆਏ ਸੀਗੇ ਇੱਥੇ ਅਤੇ ਫਿਰ ਇਹਤੋਂ ਪਤਾ ਲੱਗਾ ਵੀ ਇਹ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਪਰਿਕਰਮਾ ਜਾਂ ਹੈਰੀਟੇਜ ਰਸਤੇ ਦੇ ਵਿੱਚ ਜੋ ਬਲਾਸਟ ਹੋਏ ਨੇ ਉਹਦੇ ਵਿੱਚ ਅਮਰੀਕ ਸਿੰਘ ਦਾ ਹੱਥ ਹੈ ਮੈਨੂੰ ਹੁਣ ਪਤਾ ਲੱਗਾ ਅਤੇ ਹੁਣ ਨਸ਼ੇ ਪੱਤੇ ਕਰਦਾ ਹੀ ਹੁਣ ਵੀ ਮਾੜੇ ਗੱਲ 'ਚ ਪੈ ਗਿਆ ਇਹ ਚੇਕਾ ਦੇ ਬਹੁਤ ਖਿਲਾਫ਼ ਹੈ ਅਤੇ ਸਾਡੇ ਨਾਲ ਦਾ ਕੁਝ ਫਰਕ ਹੋਇਆ ਨਹੀਂ ਅਤੇ ਅਸੀਂ ਸਾਡੇ ਤੋਂ ਕੋਈ ਇੱਥੋਂ ਬਾਹਰ ਆ ਬੇਟਾ ਇਹ ਕੰਮ ਨਹੀਂ ਕਰ ਸਕਦਾ ਹੋ ਸਕਦਾ ਸਤਿਜੋਤ ਦੇ ਹੱਥ ਹੋਏ ਹੋ ਸਕਦਾ ਉਹਦੀ ਨਾਲ ਦੀ ਗਈ ਹੈ ਨਾਲ ਚ ਉੱਦਾਂ ਹੀ ਕਮਰੇ 'ਚ ਰਹਿਣਾ ਸੀ ਚੰਗੀ ਗੱਲ ਕੀ ਬਸ ਮੈਂ ਕੁਛ ਨਹੀਂ ਜਾਣਦੀ ਇਹ ਗੱਲ ਪਰ ਜਿੱਥੋਂ ਤੱਕ ਉਹ ਪਰਮਾਤਮਾ ਨੂੰ ਵਾਹਿਗੁਰੂ ਮੰਨਦਾ ਹੈ ਨਾ ਮੈਨੂੰ ਪਤਾ ਵੀ ਇਹ ਕੰਮ ਉਹ ਨਹੀਂ ਕਰ ਸਕਦਾ ਜੇ ਉਹ ਗਲਤ ਆ ਅਤੇ ਜੇ ਉਹਦੀ ਫਿਰ ਗਲਤੀ ਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਅਸੀਂ ਤਾਂ ਇਸ ਗੱਲ ਨੂੰ ਉਹਦੀ ਪੁੱਛ ਗਿੱਛ ਹੋ ਕੇ ਜੇ ਉਹਦੇ 'ਚ ਗਲਤੀ ਆ ਉਹਦੀ ਗਲਤੀ ਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਪਿਛੋਕੜ ਵਧੀਆ ਸੀ ਪਹਿਲਾਂ ਤਾਂ ਇਹਨੂੰ ਅੰਮ੍ਰਿਤ ਛਕਾਇਆ ਸੀ ਗੁਰਸਿੱਖ ਸੀਗਾ ਪਰ ਇਹ ਉਹ ਅੰਮ੍ਰਿਤ ਭੰਗ ਕਰਕੇ ਫਿਰ ਇਹ ਨਸ਼ੇ ਪੱਤੇ ਦੇ ਵਿੱਚ ਪੈ ਗਿਆ ਹੋਰਨਾਂ ਗਲਤ ਕੰਮਾਂ ਦੇ ਵਿੱਚ ਪੈ ਗਿਆ ਸੀਗਾ ਅੰਮ੍ਰਿਤਸਰ 'ਚ ਸ਼੍ਰੀ ਦਰਬਾਰ ਸਾਹਿਬ ਨਜ਼ਦੀਕ ਕੁਝ ਹੀ ਦਿਨਾਂ 'ਚ ਇੱਕ ਤੋਂ ਬਾਅਦ ਇੱਕ ਤਿੰਨ ਧਮਾਕੇ ਹੋਏ ਨੇ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਅਤੇ 5 ਲੋਕਾਂ ਦੀ ਗ੍ਰਿਫਤਾਰੀ ਕਰਕੇ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ ਇਹਨਾਂ ਧਮਾਕਿਆਂ 'ਚ ਪੁਲਿਸ ਵੱਲੋਂ ਇੱਕ ਮੁਲਜ਼ਮ ਅਮਰੀਕ ਸਿੰਘ ਨੂੰ ਵੀ ਕਾਬੂ ਕੀਤਾ ਗਿਆ ਹੈ ਜੋ ਗੁਰਦਾਸਪੁਰ ਦੇ ਪਿੰਡ ਆਦੀਆਂ ਦਾ ਰਹਿਣ ਵਾਲਾ ਹੈ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਉਸਦਾ ਪਰਿਵਾਰ ਵੀ ਸਾਹਮਣੇ ਆਇਆ ਹੈ ਜਿਸ 'ਚ ਉਹਨਾਂ ਧਮਾਕੇ ਦੀ ਘਟਨਾ ਨੂੰ ਗਲਤ ਦੱਸਦਿਆਂ ਕਈ ਖੁਲਾਸੇ ਵੀ ਕੀਤੇ ਨੇ ਇਸ ਸੰਬੰਧੀ ਮੁਲਜ਼ਮ ਅਮਰੀਕ ਸਿੰਘ ਦੇ ਪਿਤਾ ਲਖਵੀਰ ਸਿੰਘ ਦਾ ਕਹਿਣਾ ਕਿ ਉਸਦਾ ਪੁੱਤ ਫਰਵਰੀ ਮਹੀਨੇ ਤੋਂ ਹੀ ਘਰ ਤੋਂ ਬਾਹਰ ਹੈ ਅਤੇ ਨਾ ਹੀ ਉਸਦੇ ਨਾਲ ਕੋਈ ਗੱਲਬਾਤ ਹੋਈ ਹੈ ਉਹਨਾਂ ਦੱਸਿਆ ਕਿ ਪੁੱਤ ਨੇ ਆਪਣੀ ਮਰਜ਼ੀ ਦੇ ਨਾਲ ਹੀ ਪੁਰੋਵਾਲ ਦੀ ਇੱਕ ਲੜਕੀ ਦੇ ਨਾਲ ਵਿਆਹ ਕੀਤਾ ਹੋਇਆ ਹੈ ਇਸ ਦੇ ਨਾਲ ਪਿਤਾ ਦਾ ਕਹਿਣਾ ਕਿ ਜੋ ਉਸਦੇ ਪੁੱਤ ਨੇ ਕੀਤਾ ਬਹੁਤ ਹੀ ਗਲਤ ਹੈ ਅਤੇ ਉਸਦੀ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਦੱਸਿਆ ਕਿ ਧਮਾਕੇ ਦੀ ਜਾਣਕਾਰੀ ਪੁਲਿਸ ਦੇ ਘਰ ਆਉਣ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗੀ ਹੈ ਜਿਸ 'ਚ ਪੁਲਿਸ ਪੁੱਛਗਿੱਛ ਦੇ ਲਈ ਉਹਨਾਂ ਦੇ ਵੱਡੇ ਪੁੱਤ ਨੂੰ ਆਪਣੇ ਨਾਲ ਥਾਣੇ ਲੈ ਗਈ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਸਾਨੂੰ ਨਹੀਂ ਕਿਸੇ ਗੱਲ ਦਾ ਪਤਾ ਸਾਨੂੰ ਤਾਂ ਹੁਣੇ ਹੁਣੇ ਹੀ ਪਤਾ ਲੱਗਾ ਹਾਂਜੀ ਪੁਲਿਸ ਹੁਣ ਤਾਂ ਪਤਾ ਲੱਗਾ ਅਤੇ ਉਹਨਾਂ ਸਾਨੂੰ ਪੁਲਿਸ ਵਾਲਿਆਂ ਮੈਂ ਤਾਂ ਪੈਲੀ 'ਚ ਹਾਂ ਅਤੇ ਸਾਨੂੰ ਕੁਛ ਨਹੀਂ ਪਤਾ ਲੱਗਾ ਹੁਣੇ ਹੁਣੇ ਆਈ ਮੁੜ ਚੰਗੀ ਖਬਰ ਸੁਣੀ ਆ ਅਤੇ ਇਸ ਗੱਲ 'ਚ ਸਾਨੂੰ ਬੜਾ ਮਨ ਨੂੰ ਦੁੱਖ ਲੱਗਾ ਬਹੁਤ ਮਾੜੀ ਗੱਲ ਹੈ ਅਮਰੀਕ ਸਿੰਘ ਕਿਵੇਂ ਦਾ ਸੀ ਅਮਰੀਕ ਸਿੰਘ ਪਹਿਲੇ ਤਾਂ ਇਸ ਗੱਲ ਦੇ ਬਹੁਤ ਬਰਖਿਲਾਫ਼ ਸੀ ਅਤੇ ਹੁਣ ਨਸ਼ੇ ਪੱਤੇ ਕਰਦਾ ਹੀ ਹੁਣ ਵੀ ਕਿ ਮਾੜੇ ਗੱਲ 'ਚ ਪੈ ਗਿਆ ਸੀ ਅਤੇ ਗੱਲ ਦੇ ਬਹੁਤ ਖਿਲਾਫ਼ ਹੈ ਅਤੇ ਸਾਡੇ ਨਾਲ ਦਾ ਕੁਛ ਫਰਕ ਹੋਇਆ ਨਹੀਂ ਅਤੇ ਅਸੀਂ ਸਾਡੇ ਤੋਂ ਕੁਝ ਚਿਰ ਤੋਂ ਬਾਹਰ ਆ ਉਹ ਕਦੋਂ ਦਾ ਸੰਪਰਕ ਨਹੀਂ ਹੋਇਆ ਜੀ ਕਿੰਨਾ ਟਾਈਮ ਸਾਡੇ ਤੋਂ ਫਰਵਰੀ ਮਹੀਨੇ ਤੋਂ ਫਰਵਰੀ ਮਹੀਨੇ ਤੋਂ ਕੰਮ 'ਚ ਚਲ ਗਿਆ ਤਾਂ ਉਹ ਸਾਡੇ ਨਾਲ ਕੀ ਕੰਮ ਕਰਦਾ ਸੀ ਕੰਮ ਉਹ ਡਰਾਈਵਰੀ ਕਰਦਾ ਸੀ ਗੁਜਰਾਤ 'ਚ ਕਦੇ ਕੋਈ ਗੱਲਬਾਤ ਨਹੀਂ ਹੋਈ ਉਹਦੇ ਨਾਲ ਗੱਲਬਾਤ ਸਾਡੇ ਨਾਲ ਕਰਦਾ ਹੀ ਨਹੀਂ ਫਰਵਰੀ ਮਹੀਨੇ ਤੋਂ ਕੋਈ ਗੱਲਬਾਤ ਨਹੀਂ ਕਰਦਾ ਪਹਿਲਾਂ ਵੀ ਕੋਈ ਉਹਦੇ 'ਤੇ ਮਾਮਲਾ ਦਰਜ ਹੈਗਾ ਜੀ ਪਹਿਲਾਂ ਕੋਈ ਛੋਟਾ ਜਿਹਾ ਹੈਗਾ ਸਾਡੇ ਪਿੰਡ ਦਾ ਹੀ ਮੁੰਡਾ ਸੀ ਹਾਂ ਜਿਸ ਤਰ੍ਹਾਂ ਤੁਸੀਂ ਗੁਰਸਿੱਖ ਪਰਿਵਾਰ ਹੈ ਉਹ ਵੀ ਗੁਰਸਿੱਖ ਦਾ ਹਾਂਜੀ ਅਸੀਂ ਗੁਰਸਿੱਖ ਪਰਿਵਾਰ ਹਾਂ ਅਤੇ ਇਹ ਵੀ ਪਹਿਲਾਂ ਤਾਂ ਜਿਹੜੀ ਮਾੜੀ ਗੱਲ ਕਰਦਾ ਸੀ ਉਹਨੂੰ ਤਾਂ ਥਾਂ ਮਾਰ ਨੂੰ ਆ ਫਿਰਦਾ ਸੀ ਅਤੇ ਹੁਣ ਇਹਦੀ ਮਾੜੀ ਕਿਸਮਤ ਜਿਹੜਾ ਕੋਈ ਮਾੜੇ ਬੰਨੇ ਸਾਡੇ ਕਹਿਣੇ ਤੋਂ ਬਾਹਰ ਹੋ ਗਿਆ ਅਤੇ ਨਸ਼ੇ ਵਿੱਚ ਕੋਈ ਜੋ ਮਾੜੀ 'ਚ ਪਤਾ ਨਹੀਂ ਕੋਈ ਮਾੜੀ ਘਟਨਾ 'ਚ ਕੀਤੀ ਆ ਅਤੇ ਉਹਦਾ ਆਪੇ ਅੰਮ੍ਰਿਤ ਇਹਨੇ ਛਕਿਆ ਸੀਗਾ ਕਿੰਨਾ ਟਾਈਮ ਤੱਕ ਅੰਮ੍ਰਿਤ ਧਾਰੀ ਆ ਇਹ ਬਾਬਾ 5-7 ਸਾਲ ਅੰਮ੍ਰਿਤ ਧਾਰੀ ਰਿਹਾ ਛੋਟੀ ਉਮਰ 'ਚ ਛਕਿਆ ਸੀ ਇਹਨੇ ਅਸੀਂ ਬਾਬੇ ਹੋਣਾ ਸਿਖਾਇਆ ਸੀ ਕਦੋਂ ਦਾ ਉਹਦਾ ਵਿਆਹ ਹੋਇਆ ਸੀਗਾ ਕਿਉਂਕਿ ਇਹ ਵੀ ਸੁਣਨ 'ਚ ਆਇਆ ਕਿ ਉਹਦੀ ਪਤਨੀ ਵੀ ਗ੍ਰਿਫਤਾਰ ਕੀਤੀ ਗਈ ਨਾਲ ਵਿਆਹ ਜੋ ਇਹਨੇ 11 ਮਹੀਨੇ ਉਹ ਚੱਲੇ ਆ ਮਈ ਮਹੀਨੇ ਦਾ ਵਿਆਹ ਹੋਇਆ ਤਾ ਉਹਦੀ ਪਤਨੀ ਕਿੱਥੋਂ ਦੀ ਲਾਭਨ 'ਚ ਕਰਵਾਈ ਸੀ ਉਹਨੇ ਜਾਂ ਹਾਂਜੀ ਕਿੱਥੋਂ ਦੀ ਉਹਦੀ ਪਤਨੀ ਭੂਰੋਵਾਲ ਦੀ ਤੁਸੀਂ ਇਹ ਸਾਰੀ ਘਟਨਾ ਨੂੰ ਕਿਵੇਂ ਦੇਖਦੇ ਹੋ ਜੀ ਹਾਂਜੀ ਤੁਸੀਂ ਆਪ ਖੁਦ ਦੇ ਗੁਰਸਿੱਖ ਹੋ ਇਹ ਸਾਰੀ ਘਟਨਾ ਨੂੰ ਕਿਵੇਂ ਦੇਖਦੇ ਹੋ ਜਿਹੜੀ ਹੋਈ ਮੈਂ ਤਾਂ ਮਿਹਨਤ ਕਰਨ ਵਾਲਾ ਗੱਲਾਂ ਮੈਨੂੰ ਤਾਂ ਇਹਨਾਂ ਗੱਲਾਂ ਪੂਰੀਆਂ ਤਾਂ ਪਤਾ ਨਹੀਂ ਮੈਂ ਤਾਂ ਜੇ ਕੋਈ ਮਾੜੀ ਗੱਲ ਤਾਂ ਉਹਨੂੰ ਬਹੁਤ ਮਾੜਾ ਸਮਝਣਾ ਅਸੀਂ ਗੁਰੂ ਘਰ ਮੱਥਾ ਟੇਕਣ ਵਾਲੇ ਹੀ ਬਸ ਬੰਦੇ ਹਾਂ ਬਜ਼ੁਰਗ ਬੰਦੇ ਹਾਂ ਹੁਣ ਪੁਲਿਸ ਨੇ ਤੁਹਾਡੇ ਘਰ 'ਚੋਂ ਕੋਈ ਜੀ ਲੈ ਕੇ ਵੀ ਗਏ ਹਾਂਜੀ ਵੱਡਾ ਮੁੰਡਾ ਆਪਣੇ ਕੰਮ ਘਰੋਂ ਕਰਨ ਡਿਆ ਸੀ ਉਹਨੂੰ ਤਾਂ ਲੈ ਗਏ ਆਉਂਦੇ ਹੁਣ ਭੇਜ ਦਿੰਦੇ ਹਾਂ ਉਹ ਤਾਂ ਆਪਣੀ ਮਿਹਨਤ ਕਰਕੇ ਸਾਨੂੰ ਰੋਟੀ ਖਵਾਲਦਾ ਜੇ ਜੇ ਉਹ ਗਲਤ ਆ ਅਤੇ ਜੇ ਉਹਦੀ ਫਿਰ ਗਲਤੀ ਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਅਸੀਂ ਤਾਂ ਇਸ ਗੱਲ ਨੂੰ
ਉਹਦੀ ਪੁੱਛ ਗਿਆ ਛੋ ਕੇ ਜੇ ਉਹਦੇ 'ਚ ਗਲਤੀ ਆ ਉਹਦੀ ਗਲਤੀ ਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ। ਇਸ ਦੇ ਨਾਲ ਹੀ ਮੁਲਜ਼ਮ ਅਮਰੀਕ ਸਿੰਘ ਦੀ ਮਾਂ ਦਾ ਕਹਿਣਾ ਕਿ ਉਸਨੂੰ ਭਰੋਸਾ ਹੈ ਕਿ ਉਸਦਾ ਪੁੱਤ ਅਜਿਹਾ ਨਹੀਂ ਕਰ ਸਕਦਾ, ਪਰ ਜੇਕਰ ਉਸਨੇ ਇਹ ਗਲਤੀ ਕੀਤੀ ਹੈ ਤਾਂ ਉਸਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ। ਬੇਟਾ ਇਹ ਕੰਮ ਨਹੀਂ ਕਰ ਸਕਦਾ, ਹੋ ਸਕਦਾ ਸਕੀ ਹੋ ਤੇ ਹੱਥ ਹੋਏ, ਹੋ ਸਕਦਾ ਉਹਦੀ ਨਾਲ ਦੀ ਗਈ ਹੈ, ਨਾਲ ਚਾਹੇ ਉੱਦਾਂ ਹੀ ਕਮਰੇ 'ਚ ਰਹਿਣਾ ਸੀ ਜਾਂ ਕੀ ਗੱਲ ਕੀ ਬਾਤ, ਮੈਂ ਕੁਛ ਨਹੀਂ ਜਾਣਦੀ ਇਹ ਗੱਲ, ਪਰ ਜਿੱਥੋਂ ਤੱਕ ਉਹ ਪਰਮਾਤਮਾ ਨੂੰ ਵਾਹਿਗੁਰੂ ਮੰਨਦਾ ਹੈ ਨਾ, ਮੈਨੂੰ ਪਤਾ ਵੀ ਇਹ ਕੰਮ ਉਹ ਨਹੀਂ ਕਰ ਸਕਦਾ। ਪਤਾ ਲੱਗਾ ਮਾਤਾ ਜੀ ਪਹਿਲਾਂ ਕੇਸ ਦਰਸੀ ਆ ਕੇਸ, ਚਲੋ ਕਿਸੇ ਮੁੰਡੇ ਨਾਲ ਉਹਨੇ ਰਲ ਕੇ ਆ ਫੋਨ ਦਾ ਹੀ ਆ ਮਾੜਾ ਜਿਹਾ ਕਿਤੇ ਕੀਤਾ ਤੇ ਕਿਸੇ ਮੁੰਡੇ ਹੋਰ ਨੇ ਸੀ ਉਹ ਬੋਪੁਰ ਦਾ ਸੀ, ਪਰ ਨਾਲ ਇਹ ਨਾਲ ਹੀ ਉਹਦੇ ਮੋਟਰਸਾਈਕਲ ਤੇ ਇਹਦਾ ਵੀ ਨਾਲ ਲੱਗ ਗਿਆ ਸੀ, ਲੱਗਣਾ ਸੀ ਜਦੋਂ ਮੈਂ ਤੂੰ ਇਕੱਠਿਆ ਤੇ ਨਾ ਤਾਂ ਲੱਗਣੇ ਲੱਗਣਾ। ਉਧਰ ਪਿੰਡ ਵਾਸੀ ਲਖਵਿੰਦਰ ਸਿੰਘ ਦਾ ਕਹਿਣਾ ਕਿ ਉਸਨੂੰ ਸਵੇਰੇ ਫੋਨ ਆਉਣ ਤੋਂ ਬਾਅਦ ਹੀ ਜਾਣਕਾਰੀ ਮਿਲੀ ਹੈ। ਉਹਨਾਂ ਦੱਸਿਆ ਕਿ ਅਮਰੀਕ ਸਿੰਘ ਪਹਿਲਾਂ ਅੰਮ੍ਰਿਤਧਾਰੀ ਸੀ ਤੇ ਫਿਰ ਇਸਨੇ ਅੰਮ੍ਰਿਤ ਭੰਗ ਕਰਕੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਪਿੰਡ ਵਾਸੀ ਦਾ ਕਹਿਣਾ ਕਿ ਪਹਿਲਾਂ ਵੀ ਇਸ ਤੇ ਚੋਰੀ ਦਾ ਮਾਮਲਾ ਦਰਜ ਸੀ, ਜਿਸ 'ਚ ਉਹਨਾਂ ਕੋਸ਼ਿਸ਼ ਕੀਤੀ ਸੀ ਕਿ ਇਸ ਨੂੰ ਥਾਣੇ ਪੇਸ਼ ਕਰਕੇ ਸਹੀ ਰਾਹ ਲਿਆਂਦਾ ਜਾਵੇ, ਪਰ ਹੁਣ ਉਸਨੇ ਵੱਡੀ ਗਲਤੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਲਖਵਿੰਦਰ ਸਿੰਘ, ਪਿੰਡ ਮੇਰਾ ਆਦੀ ਆ, ਅਤੇ ਇਹ ਅਮਰੀਕ ਸਿੰਘ ਸਾਡੇ ਪਿੰਡ ਦਾ ਹੀ ਆ। ਮੈਂ ਜੰਮੂ ਗਿਆ ਹੋਇਆ ਸੀ, ਦੇਰ ਰਾਤ ਮੈਂ ਜੰਮੂ ਤੋਂ ਆਇਆ ਅਤੇ ਮੇਰਾ ਫੋਨ ਫਾਨ ਬੰਦ ਸੀਗਾ, ਜੰਮੂ ਤੋਂ ਵੈਸੇ ਜਾ ਕੇ ਬੰਦ ਹੋ ਜਾ, ਅਤੇ ਹੁਣ ਮੈਂ ਜਦੋਂ ਸੁੱਤਾ ਉੱਠਿਆ ਅਤੇ ਮੈਂ ਫੋਨ ਚਾਲੂ ਕੀਤਾ, ਮੈਨੂੰ ਪਤਾ ਲੱਗਾ ਵੀ ਆਹ ਗੱਲ ਹੋਈ ਆ, ਅਤੇ ਸਾਡੇ ਐਸ ਐਚ ਓ ਜਿਹੜੇ ਸੀ ਉਹ ਆਏ ਸੀਗੇ ਇੱਥੇ, ਅਤੇ ਫਿਰ ਇਹ ਤੋਂ ਪਤਾ ਲੱਗਾ ਵੀ ਇਹ ਜਿਹੜੋ ਦਰਬਾਰ ਸਾਹਿਬ ਦੇ ਵਿੱਚ ਪਰਿਕਰਮਾ ਜਾਂ ਹੈਰੀਟੇਜ ਰਸਤੇ ਦੇ ਵਿੱਚ ਜੋ ਬਲਾਸਟ ਹੋਏ ਨੇ ਉਹਦੇ ਵਿੱਚ ਅਮਰੀਕ ਸਿੰਘ ਦਾ ਹੱਥ ਹੈ, ਮੈਨੂੰ ਹੁਣ ਪਤਾ ਲੱਗਾ ਇਹ ਗੱਲ। ਵਾਈਫ ਜਿੱਥੋਂ ਪਤਾ ਲੱਗ ਗਿਆ ਵੀ ਗ੍ਰਿਫਤਾਰ ਕੀਤੀ ਆ, ਸ਼ਾਇਦ ਉਹ ਨਾਲ ਹੀ ਹੋਊਗੀ। ਪਿਛੋਕੜ ਵਧੀਆ ਸੀ ਪਹਿਲਾਂ, ਤੇ ਇਹਨੂੰ ਅੰਮ੍ਰਿਤ ਛਕਾਇਆ ਸੀ ਗੁਰਸਿੱਖ ਸੀਗਾ, ਪਰ ਇਹ ਉਹ ਅੰਮ੍ਰਿਤ ਭੰਗ ਕਰਕੇ ਫਿਰ ਇਹ ਨਸ਼ੇ ਪੱਤੇ ਦੇ ਵਿੱਚ ਪੈ ਗਿਆ, ਹੋਰਨਾਂ ਗਲਤ ਕੰਮਾਂ ਦੇ ਵਿੱਚ ਪੈ ਗਿਆ ਸੀਗਾ। ਅਸੀਂ ਚਾਹੁੰਦੇ ਸੀ ਇਹਨੂੰ ਲੈਣ 'ਤੇ ਲਿਆਉਣ ਨੂੰ, ਪਰ ਸਾਡੇ ਨਹੀਂ ਲੈਣ 'ਤੇ ਆਇਆ। ਪਹਿਲਾਂ ਵੀ ਹੁੰਦੀ ਸੀ, ਹੁਣ ਜਦੋਂ ਇਹ ਕਿਸੇ ਚੋਰੀ ਦੇ ਮਸਲੇ ਦੇ ਵਿੱਚ ਮੋਟਰਸਾਈਕਲਾਂ ਦੇ ਵਿੱਚ ਲੁੜੈਂਦਾ ਸੀਗਾ ਇਹ, ਤਾਂ ਮੈਂ ਇਹਦੇ ਨਾਲ ਸੰਪਰਕ ਕਰਦਾ ਸੀ, ਮੈਂ ਇਹਨੂੰ ਚਾਹੁੰਦਾ ਸੀ ਕਿਸ ਤਰ੍ਹਾਂ ਆਵੇ, ਇਹਨੂੰ ਪੇਸ਼ ਕਰਾ ਕੇ ਅਤੇ ਮਸਲਾ ਕਿਸ ਤਰ੍ਹਾਂ ਨਿਬੇੜਿਆ ਜਾਵੇ। ਮਾਤਾ ਪਿਤਾ ਵੀ ਚਾਹੁੰਦੇ ਸੀ ਵੀ ਇੱਕ ਵਾਰੀ ਇਸ ਮਸਲੇ ਨੂੰ ਨਿਬੇੜ ਕੇ ਗਾਹ ਨੂੰ ਕਿ ਬੰਦੇ ਦਾ ਪੁੱਤ ਬਣ ਜਾਏ, ਇੱਦਾਂ ਦੇ ਕੰਮ ਨਹੀਂ ਕਰੀਦੇ, ਪਰ ਆ ਹੁਣ ਨਵਾਂ ਹੀ ਕੱਢ ਮਾਰਿਆ ਨੇ। ਕਿਸ ਤਰ੍ਹਾਂ ਵੇਖਦੇ ਘਟਨਾ ਜਿਹੜੀ ਘਟਨਾ, ਘਟਨਾ ਤਾਂ ਬਹੁਤ ਦੁਖਦਾਈ ਹੈ, ਅਤੇ ਹੁਣ ਬਿਆਨ ਕਰਨ ਤੋਂ ਵੀ ਵਾਰੀ ਹੈ, ਬਹੁਤ ਦੁਖਦਾਈ ਹੈ ਜੀ। ਕਿੰਨੇ ਚਿਰ ਤੋਂ ਗਾ ਗਿਆ ਸੀ ਪਿੰਡ ਦੇ ਵਿੱਚ, ਨਹੀਂ ਵੜਿਆ ਹੈਗਾ? ਫਰਵਰੀ ਮਹੀਨੇ ਤੋਂ ਗਿਆ ਹੋਇਆ ਕੰਮ। ਪਰਿਵਾਰ ਨਾਲ ਕੋਈ ਲੈਂਦਾ ਇਹਨਾਂ ਦਾ? ਪਰਿਵਾਰ ਦੀ ਤਾਂ ਮੰਨਦਾ ਹੀ ਨਹੀਂ, ਉਹ ਪਰਿਵਾਰ ਦੇ ਆਖਿਆ ਨਹੀਂ ਲੱਗਦਾ। ਕਾਬਲੇ ਗੌਰ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ 'ਚ ਦੇਰ ਰਾਤ ਅੱਜ ਤੀਜਾ ਧਮਾਕਾ ਹੋਇਆ ਹੈ, ਜਿਸ 'ਚ ਪੁਲਿਸ ਵੱਲੋਂ 5 ਲੋਕਾਂ ਦੀ ਗ੍ਰਿਫਤਾਰੀ ਪਾਈ ਗਈ ਹੈ, ਜਿਸ ਦੀ ਜਾਣਕਾਰੀ ਖੁਦ DGP ਪੰਜਾਬ ਵੱਲੋਂ ਦਿੱਤੀ ਗਈ। ਤਾਂ ਉੱਧਰ ਪਰਿਵਾਰ ਦਾ ਕਹਿਣਾ ਕਿ ਜੇ ਪੁੱਤ ਨੇ ਗਲਤੀ ਕੀਤੀ ਤਾਂ ਸਜ਼ਾ ਜ਼ਰੂਰ ਮਿਲਣੀ ਚਾਹੀਦੀ। ਗੁਰਦਾਸਪੁਰ ਤੋਂ ਰੋਹਿਤ ਗੁਪਤਾ, ਪੰਜਾਬੀ ਲੋਕ ਚੈਨਲ।